Thank you.
स्वाद है पर मेरे पेट विच थां नहीं। ये आम जीवन की गल है, छड़ ही नहीं छड़। श्री गुरु ग्रंथ साहब की बाणी की शब्दावली कभी प्यार नाल बैठ के समझिए, ज्यों ज्यों समझिए स्वाद आउंदा। जिन्ना मर्जी स्वाद हो भोजन रज गया हूं छड़ने ही। पर गुरु कहते ने मेरे मालिक ने मेरे अगे यहोजा भोजन रखे है, मुकदा भी नहीं मेरे को, छड़िया भी नहीं जाना। गुरबाणी की शब्दावली मुकदा भी नहीं छड़िया भी नहीं जाना।
ਬੇਸਮਝ ਲੋਕ ਜਿਹੜੇ ਇਸ ਭੋਜਨ ਨੂੰ ਜਾਣਦੇ ਹੀ ਛੱਡ ਕੇ ਤੋਂ ਕਦੇ ਨੇ ਮੁੱਕਦਾ ਹੀ ਨਹੀਂ ਉਹ ਭਲੇ ਹੋ ਜੇ ਮੁੱਕਦਾ ਨਹੀਂ ਹੋਰ ਦਰਵਾਜ਼ੇ ਤੇ ਕਿਉਂ ਜਾਂਦੇ ਹੋ ਜੇ ਤੁਹਾਨੂੰ ਮਿਲਿਆ ਹੋਇਆ ਭੋਜਨ ਹੀ ਨਹੀਂ ਮੁੱਕਦਾ ਜਦੋਂ ਤੁਸੀਂ ਕਿਸੇ ਹੋਰ ਦਰ ਤੇ ਜਾਂਦੇ ਹੋ ਨਾ ਤਾਂ ਇਉਂ ਦਿਸਦਾ ਜਿਵੇਂ ਤੁਹਾਨੂੰ ਤੁਹਾਡੇ ਲਈ ਇਹ ਭੋਜਨ ਮੁੱਕ ਗਿਆ ਹੈ ਤੇ ਗੁਰੂ ਆਖ ਰਹੇ ਨੇ ਕਹਿੰਦੇ ਨੇ ਮੁੱਕਦਾ ਵੀ ਨਹੀਂ ਛੱਡਿਆ ਵੀ ਨਹੀਂ ਜਾਂਦਾ ਮੈਂ ਹੋਰ ਕਿਸੇ ਦਰ ਤੇ ਜਾ ਵੀ ਨਹੀਂ ਸਕਦਾ ਬਾਣੀ ਬਸ ਮੈਂ ਹੁਣ ਕਿਸੇ ਦਰ ਤੇ ਨਹੀਂ ਜਾਂਦਾ ਮੇਰੇ ਥਾਲ ਵਿੱਚ ਜਿਹੜਾ ਭੋਜਨ ਹੈ ਇਹ ਨਹੀਂ ਮੁੱਕਦਾ ਮੇਰੇ ਕੋਲ ਮੈਂ ਹੋਰ ਕਿਸੇ ਦਰ ਤੇ ਕਿਉਂ ਜਾਵਾਂ ਖਿਆਲ ਕਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਕਿਸਮ ਦੇ ਦੋ ਸ਼ਬਦ ਬਾਣੀ ਨੂੰ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਵਿਚਾਰਦੇ ਕਿਉਂ ਨਹੀਂ ਵਿਚਾਰਦੇ ਇੱਕ ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਇੱਕ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦਾ ਲਗਭਗ ਇਸ ਜੀਵਨ ਕਾਲ ਸੰਸਾਰਿਕ ਕਾਲ ਦੇ ਮੁਤਾਬਕ ਵਰ੍ਹਿਆਂ ਦਾ ਫਰਕ 40-50 ਵਰ੍ਹੇ ਦਾ ਫਰਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ ਜੇ ਇਹੋ ਹੈ ਵੀ ਜਿਵੇਂ ਉਹ ਗੁਰੂ ਅਰਜਨ ਸਾਹਿਬ ਨੂੰ ਕੁਝ ਦੱਸ ਰਹੇ ਹੋ ਸਮਝਾ ਰਹੇ ਹੋ ਸਮਝਾ ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆਪਣੇ ਜੀਵਨ ਕਾਲ ਵਿੱਚ ਦੋ ਗੁਰੂਆਂ ਦੇ ਸਾਏ ਥੱਲੇ ਰਹਿਣ ਦਾ ਗੋਦ ਵਿੱਚ ਰਹਿਣ ਦਾ ਸਮਾਂ ਮਿਲਿਆ ਹੈ ਨਾਨਾ ਗੁਰੂ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੀ ਗੋਦੀ ਵਿੱਚ 11 ਸਾਲ ਜਿਨ੍ਹਾਂ ਦੇ ਕੋਲ ਰਹੇ ਨੇ ਜੀਵਨ ਦੇ 11 ਸਾਲ ਸਾਖੀ ਕਾਰਨ ਨੇ ਉਹਨਾਂ ਬਾਰੇ ਹੀ ਲਿਖ ਦਿੱਤਾ ਹੈ ਨਾ ਵੀ ਥਾਲ ਪਰੋਸ ਕੇ ਭੋਜਨ ਦਾ ਸਮਾਜਿਕ ਤੌਰ 'ਤੇ ਲਾਂਗਰੀ ਨੇ ਸੇਵਾਦਾਰ ਨੇ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਆ ਕੇ ਰੱਖਿਆ ਪ੍ਰਸ਼ਾਦ ਛਕਣ ਲੱਗੇ ਅਤੇ ਗੁਰੂ ਅਰਜਨ ਸਾਹਿਬ ਦੋਤਰੇ ਸਨ ਬਾਰ ਬਾਰ ਕੋਸ਼ਿਸ਼ ਕਰਦੇ ਸਨ ਹੱਥ ਪਾਵਾਂ ਉਸ ਥਾਲ ਨੂੰ ਬੱਚਿਆਂ ਦਾ ਆਮ ਜੀਵਨ ਅੰਦਰ ਆਪਾਂ ਦੇਖਦੇ ਬਾਰ ਬਾਰ ਉਸ ਥਾਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸਨ ਸਾਖੀ ਕਰ ਲਿਖਦਾ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਬੇਟਾ ਰੁਕ ਜਾਏ ਥਾਲ ਤੇਰੇ ਲਈ ਹੈ ਇਸ ਥਾਲ ਦਾ ਭਾਈਵਾਲ ਕੋਈ ਹੋਰ ਨਹੀਂ ਤੇ ਬਚਨ ਵੀ ਕੀਤਾ ਉਹਨਾਂ ਦਾ ਬਚਨ ਬੜਾ ਮਸ਼ਹੂਰ ਹੈ ਪ੍ਰਚਲਿਤ ਹੈ ਦੋਤਾ ਬਾਣੀ ਕਾ ਬੋਇਥਾ ਚਲੋ ਮੈਂ ਜਿੱਧਰ ਜਾਣਾ ਚਾਹਣਾ ਗੁਰਬਾਣੀ ਵਿੱਚ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਪਹਿਲਾਂ ਰਹਿ ਕੇ ਬਚਪਨ ਵਿੱਚ ਜ਼ਿੰਦਗੀ ਦੇ 11 ਸਾਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਿਤਾਏ ਦੋਤਾ ਬਾਣੀ ਕਬੂਲ ਤਾਂ ਬਚਨ ਵੀ ਹੋ ਗਿਆ ਹੁਣ ਸਿੱਖਿਆ ਦੇ ਕੇ
ਸਮਝਾਉਂਦੇ ਕੀ ਨੇ, ਦੇਖਣਾ ਇਹ ਵੀ ਉਹ ਗੱਲ ਗੁਰੂ ਅਰਜਨ ਪਾਤਸ਼ਾਹ ਦੀ ਕੱਲ ਤੱਕ ਕਿਵੇਂ ਪਹੁੰਚੀ, ਜਿਹੜੀ ਜਿਸ ਦਿਨ ਨੂੰ ਆਪਾਂ ਅੱਜ ਮਨਾ ਰਹੇ ਹਾਂ। ਮੈਂ ਇਸੇ ਵੀ ਇਸ ਦਿਹਾੜੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਲਿਖ ਕੇ ਵਧਾਈ ਨਹੀਂ ਦਿੱਤੀ, ਬਲਕਿ ਇਹ ਲਿਖ ਕੇ ਦਿੱਤੀ ਹੈ ਕਿ ਪਵਿੱਤਰ ਮੁਦਾਵਨੀ ਦਿਹਾੜਾ। ਕਿਉਂ ਲਿਖਣਾ ਪਿਆ, ਸ਼ਬਦ ਵੀ ਮੈਂ ਇਸੇ ਲਈ ਮੁਦਾਵਨੀ ਦਾ ਤੁਹਾਡੇ ਨਾਲ ਸਾਂਝਾ ਕਰ। ਗੁਰੂ ਅਮਰਦਾਸ ਸਾਹਿਬ ਨੇ ਇਹ ਮੁਦਾਵਨੀ, ਗੁਰੂ ਅਰਜਨ ਆਹ ਜਿਹੜਾ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਹੈ, ਪਰ ਇਹ ਮੁਦਾਵਨੀ ਦੀ ਸਿੱਖਿਆ ਇਸ ਪਾਸੇ ਲਾਉਣ ਦਾ ਹੁਕਮ ਕਿਹਨੇ ਕੀਤਾ? ਹੁਣ ਆ ਜਾਓ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਵੱਲ, ਬਿਲਕੁਲ ਮੁਕਾਬਲਤ ਰੱਖ ਕੇ ਕੋ ਗੁਰਬਾਣੀ ਨੂੰ ਵਿਚਾਰਨਾ ਸਮਝਣਾ ਹੀ ਆਪਣਾ ਇਹ ਸਥਾਨ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਬਦ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ, ਨਾਨੇ ਗੁਰੂ ਦੇ ਸ਼ਬਦ ਦਾ ਜ਼ਰਾ ਸਾਹਮਣੇ ਰੱਖ ਕੇ ਵਿਚਾਰ ਕਰੇ, ਪੜਤੋਲ ਕਰੇ। ਗੁਰੂ ਅਰਜਨ ਸਾਹਿਬ ਦਾ ਜਿਹਨੂੰ ਅਸੀਂ ਮੁਦਾਵਨੀ, ਪ੍ਰਚਲਿਤ ਮੁਦਾਵਨੀ ਆਖਦੇ ਹਾਂ, ਪਹਿਲਾਂ ਤਾਂ ਇੱਕ ਗੱਲ ਦੱਸੋ, ਕਈ ਵੀ ਨਹੀਂ ਪਤਾ ਹੁੰਦਾ ਉਹ ਮੁਦਾਵਨੀ ਦਾ ਅਰਥ ਮਧਾਣੀ ਸਮ, ਕਿਉਂਕਿ ਮਿਲਦਾ ਜੁਲਦਾ ਨੇੜੇ ਦਾ ਸ਼ਬਦ ਹੈ ਤੇ ਮਧਾਣੀ ਸਮਝ ਲੈ। ਮਧਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਪਰ ਮਧਾਣੀ ਕੇਵਲ ਰਿੜਕਣ ਲਈ ਆਇਆ ਹੈ, ਕਿਉਂਕਿ ਆਪਣੇ ਘਰਾਂ ਵਿੱਚ ਵੀ ਜਿਹੜੀ ਮਧਾਣੀ ਹੁੰਦੀ ਹੈ ਉਹ ਰਿੜਕਣ ਲਈ ਹੁੰਦੀ ਹੈ। ਤੇ ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਕਿ ਮੇਰ ਕੀ ਆ ਮਧਾਣੀ। ਜਦੋਂ ਪੁਰਾਤਨ ਦੇਵੀ ਦੇਵਤਿਆਂ ਦੀ ਗੱਲ ਕਰਨ ਲੱਗੇ ਨਾ, ਵੀ ਇਸ ਤਰ੍ਹਾਂ ਕਰਕੇ ਉਹਨਾਂ ਲੋਕਾਂ ਨੇ ਕਹਿਣ ਲੱਗੇ, ਤੇਰੇ ਜੀਵਨ ਵਿੱਚ ਵੀ ਸਮਾਂ ਆਇਆ, ਵੇਖ ਤੇਰੇ ਸਾਹਮਣੇ ਗੁਰੂ ਇੱਕ ਸਮੁੰਦਰ ਹੈ। ਜਿਵੇਂ ਕਦੀ ਰਤਨ ਪ੍ਰਾਪਤ ਕਰਨ ਲਈ ਦੇਵਤਿਆਂ ਨੇ, ਰਾਕਸ਼ਾਂ ਨੇ ਮਧਾਣੀ ਬਣਾ ਕੇ ਸੁਮੇਰ ਪਰਬਤ ਨੂੰ ਰਿੜਕਿਆ ਸੀ ਸਮੁੰਦਰ ਨੂੰ, ਤੇ ਉਹਦੇ ਵਿੱਚੋਂ 14 ਰਤਨ ਕੱਢੇ ਸਨ ਉਹਨਾਂ ਨੂੰ, ਤੇ 14 ਹੀ ਮਿਲੇ ਸਨ। ਜੇ ਤੂੰ ਗੁਰੂ ਸ਼ਬਦ ਦਾ ਰੇੜਕਾ ਪਾ ਲੈ ਤੇ ਜੀਵਨ ਨੂੰ ਮਧਾਣੀ ਬਣਾ ਲੈ, ਇੱਥੇ 14 ਨਹੀਂ ਮਿਲੇ ਰਤਨ ਜਵਾਹਰ ਲਾਲ ਦੇ, ਉੱਥੇ ਮਧਾਣੀ ਲਫ਼ਜ਼ ਵਰਤਿਆ, ਤੇ ਇਹਦੀ ਸਪੈਲਿੰਗ ਵਿੱਚ ਵੀ ਫਰਕ ਹੈ, ਮਧਾਣੀ ਮਧਾਣੀ ਦੇ ਰੂਪ ਵਿੱਚ ਲਿਖੀ ਗਈ, ਉੱਥੇ ਧੰਦਾ ਹੈ ਮਧਾਣੀ ਧੰਦਾ ਹੈ, ਔਂਕੜ ਕੋਈ ਨਹੀਂ। ਤੇ ਇੱਥੇ ਲਫ਼ਜ਼ ਹੈ ਮੁੰਦਾਵਨੀ, ਇੱਥੇ ਧੰਦਾ ਨਹੀਂ ਧੰਦਾ ਹੈ। ਕਦੇ ਤੁਸੀਂ ਉਹ ਵੀ ਕਹਿਣਾ, ਆਪਾਂ ਬਾਣੀ ਨੂੰ ਵਿਚਾਰੀਏ ਜਾਓ ਸਮਝੀ, ਇੱਥੇ ਲਫ਼ਜ਼ ਧੰਦਾ ਨਹੀਂ ਧੰਦਾ ਹੈ, ਇਹਦੇ ਥੱਲੇ ਔਂਕੜ ਵੀ ਹੈ। ਤੇ ਕਿਹੜੀ ਅਜੀਬ ਗੱਲ ਹੈ, ਮੁੰਦ ਲਫ਼ਜ਼ ਨੂੰ ਅਸੀਂ ਸਾਡੇ ਪੰਜਾਬੀ ਦੀ ਬੋਲੀ ਵਿੱਚ ਆਮ ਸਮਝਦੇ ਹਾਂ, ਕਿਸੇ ਚੀਜ਼ ਨੂੰ ਬੰਦ ਕਰ ਦੇਣਾ, ਮੁੰਦ ਦੇਣਾ, ਆਪਣੇ ਆਮ ਲਫ਼ਜ਼ ਕਿਸੇ ਚੀਜ਼ ਨੂੰ ਬੰਦ ਕਰ ਦੇਣਾ, ਇੱਥੋਂ ਟਿਕਾਣਾ ਮੁੰਦ ਦੇ ਭਾਵ ਬੰਦ ਕਰ ਦੇ। ਤੇ ਬੰਦ ਕਰਨ ਵਾਲੀ ਚੀਜ਼ ਨੂੰ ਮੁੰਦਾਵਨੀ, ਮੁੰਦਾਵਨੀ ਲਫ਼ਜ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹੇ। ਤੇ ਇਹਦੀ ਲੋੜ ਤੋਂ ਪਈ, ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ ਪੜ੍ਹੋ, ਇਸ ਨੂੰ ਸ਼ਬਦ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੀ ਮੁਦਾਵਨੀ ਜਿਹੜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਦੇਖਦੇ ਹਾਂ, ਪੜ੍ਹਦੇ ਹਾਂ ਮੁਦਾਵਨੀ, ਉਹਨੂੰ ਤੇ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਨੂੰ ਮੁਕਾਬਲਤਨ ਰੱਖ ਕੇ ਸਮਝੋ। ਇਹ ਆਖ ਰਹੇ ਨੇ, ਥਾਲ ਵਿੱਚ ਤਿੰਨ ਵਸਤੂ ਪਈਆ, ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ
का सबसे अरार जे को खावे जे को मुंचे गुरु अर्जुन दास जी ते गुरु अमरदास साहब इस तो पहला एक शब्द उचारदे ने ते ओंदी शब्दावली की है थाले विच तै वस्तु पईओ त्रै लफ्ज़ भी तिन्नां नूं मन्नेया जांदा ओह चीज़ां त्रै तिन्न ने त्रै काल सत गल बचन करना जो मैं कह रहा हूं पिछे भी ठीक से हूं भी ठीक है आने वाले समय में भी ठीक होएगा त्रै काल सत इत्थे लफ्ज़ वरते हैं थाल विच तीन वस्तु पई हो इथे थाले विच तै वस्तु पई हो हर भोजन अमृत सार गुरु अमरदास साहब जित खादे मन तृप्ति है जित खादे मन तृप्ति है पाईए मोख द्वार भोजन अलभ है संतो ये भोजन हर थां तो नहीं मिलता इनू संभाल के रखना है जेड़ी चीज थां पर थां तो हर किसी थां तो ना मिले उन्हों आपा संभाल दे इनू संभाल लो पता नहीं हुण मुड़ के मिलनी है कि नहीं मिलनी अलभ का मतलब होंदा जेड़ा ना लभे तुरकी बाणी आई परेश्वर ये भोजन अलभ है संतो ते मिलदा कित्थों केवल इको थां तो लभे गुर विचार फैसला बाणी दा उत्थे भी लफ्ज़ ने सत संतोख विचारो लभे गुर विचार गुरु दी विचार विच्चों ही लभदा ये भोजन ते गुरु कौन है बाणी गुरु गुरु है बाणी ये भी फैसला श्री गुरु ग्रंथ साहिब च लभे गुर विचार हुण अगलियां तुकां पढ़ो गुरु अमरदास साहिब दी कहिंदे ने मुदामणी क्यों विच्चों कढ़ीए इनू मुंद दियो संभाल लो देखियो किते ए वस्तु चली ना जाए इत्थो ए आला बैठा इनू संभालन दी लोड़ श्री गुरु ग्रंथ साहिब दा एक शब्द है पारखियां वस्त संभाल लई गुरसोत जी लई गुरु कहिंदे ने जिहड़े पारखू ना होण उन्हां दे हाथ वस्तु आ जाए बिखर जांदी है अन्ने बस मानक पाया गुरबाणी कहंदे ने अन्ने बस मानक पाया घर घर वेचण जाए जिन्हूं परखने सी अन्ना सी उन्हें बाणी नूं वपारी बना लिया अज बाणी विकदी है किसे नूं पुछ वेखो सौदे हुंदे ने बनी बिकती है गुरु कहंदे ने अन्ने वस मानक पाया घर घर वेचन जाए अगे कहंदे ने उन्ना परखना आवई अड ना परले पाए ओ भी ये सोचदे ने किथे अखंड पाठ पाठ कराया किन्नी माया दी पैंदी अड ना परले पाए गुरु कहते मैं देखता कई हाँ परख नहीं जिन्होंने परख है ना उन्होंने वस्त संभाल ले संभाल का अर्थ की हूं मुद लेनी बस इतने मोर ला देनी मुदावनी का अखी अर्थ है मोर एक मर्यादा श्री गुरु ग्रंथ साहब अंदर कभी वेख्यो ये क्यों पैदा हुई ये भी एक मुदामणी का हिस्सा है
पुराने समय दिन जिन्हें हुक्मनामे जिन्हिया चिट्ठिया ने उन्होंने किताबा छपिया हुई हैं तो मैं कहना टाइम समा कढ़ो कम से कम साढ़े भुलेखे दूर होंगे जाओ कढ़ो उन्हें तुम वेखोगे हुक्मनामे के अखीर से यह भी लिखा होगा एने अखर एनिया सत्र एनिया लाइन लिखी हुई ताकि कोई होर लाइन ना इन पा सके हुक्मनामे करके वेख लो किताब गई तुम समा कढ़ो ਉੱਥੇ ਅਖੀਰ 'ਤੇ ਸਤਰਾਂ ਤੱਕ ਲਿਖਿਆ ਹੁੰਦਾ ਉਹ ਕਿਉਂ ਲਿਖਿਆ ਹੁੰਦਾ ਤਾਂ ਕਿ ਹੋਰ ਕੋਈ ਸਤਰ ਰਚਨਾ ਪਾ ਸਕੇ ਜਿਹੜੀ ਕੀਤੀ ਚੀਜ਼ ਜਿਸ ਨੂੰ ਤੁਸੀਂ ਸੰਭਾਲਣਾ ਚਾਹੁੰਦੇ ਹੋ ਅੱਜ ਕੱਲ੍ਹ ਰਾਤ ਤੁਸੀਂ ਇੰਟਰਨੈਟ 'ਤੇ ਵੇਖਦੇ ਹੋ ਲੋਕ ਪੀ ਡੀ ਐਫ ਕਿਉਂ ਕਰ ਦਿੰਦੇ ਨੇ ਕੋਈ ਹੋਰ ਨਾ ਪਾ ਸਕੇ ਇਹਨੂੰ ਤੋੜ ਨਾ ਸਕੇ ਇਹਨੂੰ ਬਦਲ ਨਾ ਸਕੇ ਤੇ ਗੁਰੂ ਨੇ ਉਸ ਵਕਤ ਦੇ ਨਿਯਮ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਪਦ ਦੀ ਗਿਣਤੀ ਹਰ ਸ਼ਬਦ ਦੇ ਪਦ ਦੀ ਗਿਣਤੀ ਉੱਪਰ ਲਿਖ ਦਿੱਤਾ ਹੈ ਪੰਜ ਪਦਾ ਕਿਉਂ ਲਿਖਿਆ ਦੋ ਪਦਾ ਤਿੰਨ ਪਦਾ ਇਹ ਲਫ਼ਜ਼ ਕਿਉਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਆਪਾਂ ਇਹ ਵਿਚਾਰ ਇਸ ਲਈ ਕਰ ਰਹੇ ਹਾਂ ਤੇ ਪਦਾ ਇਹ ਕਿਉਂ ਹੈ ਇਹਦਾ ਕੋਈ ਅਰਥ ਹੈ ਤਾਂ ਕਿ ਪੰਜ ਪਦਾਂ ਦੇ ਪੰਜ ਹੀ ਪਦ ਹਨ ਕੋਈ ਛੇ ਨਾ ਵਿੱਚ ਪਾ ਸਕੇ ਅਸ਼ਟਪਦੀ ਉਹਦੇ ਅੱਠ ਹੀ ਪਦ ਨੇ ਕੋਈ ਸ੍ਰੀ ਸੁਖਮਨੀ ਸਾਹਿਬ ਅੰਦਰ ਨੌਵੇਂ ਪਦ ਦਾ ਦੀ ਅਸ਼ਟਪਦੀ ਨਹੀਂ ਹੋ ਸਕਦੀ ਕੱਢ ਕੇ ਇਹ ਕੀ ਸੀ ਇਹਦਾ ਕਾਰਨ ਕੀ ਸੀ ਇਹ ਚੀਜ਼ਾਂ ਕਿਉਂ ਲਿਖਣੀਆਂ ਪਈਆਂ ਮੈਂ ਸਿਰਫ ਐਗਜ਼ਾਮਪਲ ਦੇ ਕੇ ਵਰਨਾ ਚਾਹੁੰਦਾ ਆਪਣੀ ਵਿਚਾਰ ਵਿੱਚ ਇਹ ਚੀਜ਼ਾਂ ਲਿਖਣ ਦੀ ਲੋੜ ਕਿਉਂ ਪਈ ਉੱਥੇ ਹੀ ਪੈਂਦੀ ਹੈ ਜਿੱਥੇ ਖਤਰਾ ਹੋਵੇ ਕੋਈ ਹੋਰ ਨਾ ਪਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਰੱਖਿਅਤ ਕਰਨ ਵਾਸਤੇ ਇਹ ਹਿੰਸਿਆ ਨੂੰ ਇਹਨਾਂ ਪਦਾਂ ਦੇ ਗਿਣਤੀ ਨੂੰ ਵਰਤਣਾ ਪਿਆ ਗੁਰੂ ਨੂੰ ਤਾਂ ਕਿ ਕੋਈ ਹੋਰ ਨਾ ਪੈਦਾ ਕਰ ਸਕੇ ਇਹਦਾ ਮਤਲਬ ਉਦੋਂ ਇਸ ਕਿਸਮ ਦੀ ਰਿਸਕ ਇਸ ਕਿਸਮ ਦਾ ਖਤਰਾ ਪੈਦਾ ਹੋ ਗਿਆ ਸੀ ਇਹਦਾ ਮਤਲਬ ਉਦੋਂ ਹੀ ਇਸ ਚੀਜ਼ ਦਾ ਖਤਰਾ ਪੈਦਾ ਹੋ ਗਿਆ ਸੀ ਮਿਲਾਵਟ ਸ਼ੁਰੂ ਹੋ ਗਈ ਸੀ ਹਮਲੇ ਸ਼ੁਰੂ ਹੋ ਗਏ ਸਨ ਤੇ ਤਾਂ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਆਖ ਦਿੱਤਾ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਔਰ ਇਸੇ ਲਈ ਇਸ ਸ਼ਬਦ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਕਹਿ ਦਿੱਤਾ ਕਹਿਣ ਲੱਗੇ ਮੁਦਾਵਣੀ ਲਾ ਦਿਓ ਹੁਣ ਦੇਖੋ ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਕਹਿੰਦੇ ਨੇ ਇਹ ਮੁਦਾਵਣੀ ਵਿੱਚ ਜ਼ਰੂਰ ਰੱਖਿਓ ਇਹ ਮੁਦਾਵਣੀ ਨਾ ਵਿੱਚੋਂ ਕੱਢਿਓ ਇਹ ਮੋਹਰ ਲਾ ਦਿਓ ਜੇ ਕੋਈ ਮਿਲਾਵਟ ਕਰਨ ਵਾਲਾ ਇਹਦੇ ਵਿੱਚ ਮਿਲਾਵਟ ਨਾ ਕਰ ਸਕੇ ਇਹ ਭੋਜਨ ਹੈ ਭੋਜਨ ਦਾ ਥਾਲ ਇਹ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ ਇਹ ਮੁਦਾਵਣੀ ਗੁਰੂ ਅਰਜਨ ਸਾਹਿਬ ਜੀ ਦੇ ਦੋਵਾਂ ਦਾ ਫਰਕ ਵੇਖ ਲਓ ਤੇ ਦੋਵਾਂ ਨੂੰ ਸਾਹਮਣੇ ਰੱਖ ਕੇ ਮੇਲ ਵੇਖ ਲਓ ਕਹਿਣ ਲੱਗੇ ਥਾਲ ਵਿੱਚ ਤੈ ਵਸਤੂ ਪਈ ਹੋ ਸਤ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈ ਹੈ ਮੋਖ ਦੁਆਰ ਇਹ ਭੋਜਨ ਅਲੱਭ ਹੈ ਸੰਤੋ ਲੱਭੇ ਗੁਰ ਵਿਚਾਰ ਅੱਗੇ ਕਹਿੰਦੇ ਨੇ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਹੈ ਇਹ ਮੋਹਰ ਕਿਉਂ ਵਿੱਚੋਂ ਪਾਸੇ ਕਰੋਗੇ ਬਿਲਕੁਲ ਪਾਸੇ ਕਰੋਗੇ ਖਤਰਾ ਪੈਦਾ ਹੋ ਜਾਏਗਾ ਚਾਰ ਚੁਫੇਰੇ ਬੈਠੇ ਨੇ ਇਹੋ ਜਿਹੇ ਲੋਕ ਜਿਹੜੇ ਗੁਰਬਾਣੀ ਦੇ ਪਵਿੱਤਰ ਭੋਜਨ ਵਿੱਚ ਆਪਣੀ ਮਿਲਾਵਟ ਕਰਨ ਦੀ ਕੋਸ਼ਿਸ਼ ਵਿੱਚ ਨੇ ਇਹ ਫੈਸਲਾ ਮੇਰਾ ਨਹੀਂ ਗੁਰੂ ਅਮਰਦਾਸ ਸਾਹਿਬ ਦਾ ਹੈ ਕਹਿਣ ਲੱਗੇ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਹੈ ਸਦਾ ਰੱਖੀਏ ਉਰਧਾਰ ਹਮੇਸ਼ਾ ਵਿੱਚ ਪਾ ਕੇ ਰੱਖੋ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੰਦੀ ਭਾਲ ਇਹ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ ਪਰ ਮੈਂ ਹੈਰਾਨ ਹੁੰਦਾ ਗੁਰੂ ਅਮਰਦਾਸ ਸਾਹਿਬ ਸਿੱਖਿਆ ਦੇਣ ਮੁਦਾਵਣੀ ਪਾ ਦੇਈ ਇਹਨੂੰ ਨਹੀਂ ਕੱਢਣਾ ਮੁੰਦ ਲਈ ਨਹੀਂ ਤਾਂ ਖਤਰਾ ਪੈਦਾ ਹੋ ਜਾਏਗਾ ਸਤਿਗੁਰ ਕੀ ਵੀ ਅੱਛਾ ਅਜੀਬ ਗੱਲ ਹੈ ਗੁਰੂ ਅਮਰਦਾਸ ਸਾਹਿਬ ਵੀ ਇਹੋ ਗੱਲ ਕਹਿ ਰਹੇ ਨੇ ਗੁਰੂ ਰਾਮਦਾਸ ਸਾਹਿਬ ਵੀ ਇਹੋ ਗੱਲ ਕਹਿ ਰਹੇ ਨੇ ਸੱਤ ਸਾਲ ਗੁਰੂ ਅਰਜਨ ਸਾਹਿਬ
गुरु रामदास पिता गुरु की गोदी में रहन उन्होंने संगत च रहन तो जीवन वेखो 18 साल की उम्र में जाके गुरु अर्जुन पातशाह जी को सिंघासन मिले 11 साल गुरु अमरदास साहब की गोद में 7 साल गुरु रामदास साहब की गोद में अजीब गल है गुरु रामदास साहब भी ओ ही वचन कर रहे ने ओ कहंदे ने मुदावनी ना कढ़ियो मुदावनी ला दियो ते गुरु रामदास साहब भी ओ गल कह रहे ने सतगुरु के रिश्ते होर कच विच बोल दे इहदा मतलब गुरु रामदास साहब दे वक्त ओपन हो गया सी सतगुरु दी रीस विच कच विच बोलण वाले पैदा हो गए सन उतरियो जागो गुरबाणी सानू जगा दे बदामी एवं नहीं लगी गुरु रामदास भी आख रहे ने कहते सतगुर की रीस है होर कच पिच बोल दे से कूड़े आर कूड़े चढ़ पड़ी है उदो भी पृथ्वी चंद ने लिखने शुरू कर दिते तरतीब भी उस किस्म की सी मेरे को किताब पही है मैं पिछले महीने सामने मेरे ख्याल रखी भी सी 2 साल पहले जिंदे विच पृथ्वी चंद दी रचना ने ते रचना में बिल्कुल बाणी नाल मिलदियां जुलदियां ने आपां आखिए निरी जिहड़ी कंसैप्ट नहीं मिलदे ओहो ही छड्डनी है सोचो अज तो साढ़े सामने बहुत औकड़ा ने ना जिहड़ी गुरु की निंदा ने बाणी दे बिल्कुल उल्ट ने उन्हां नूं भी असीं पढ़ रहे हां उन्हां नूं असीं अपने अमृत में शामिल करते हैं उन्हां नूं अपने नितनेम विच पढ़ रहे हां केड़ी अजीब गल पर मैं हैरान हाँ पृथ्वी चंद की रचना जी है उनकी कभी के मेरे को पही है पुस्तक पढ़ के देख लियो वो तो बिल्कुल रचना भी इसे तरह ही जिम्मे श्री गुरु ग्रंथ साहब की बाणी कंसैप्ट भी मिलते हैं तरीका भी वही है 6 महला 6वां सिर महला 5वां की थां 6वां देता है 83 महला 6वां जैसरी महला 6वां तिरहाओ भी उमें पाँगा बिच हर शब्द के उनके अखीर ते नानक शब्द भी उद्दा हूँ सोचियो मैं भला पूछना जे भला उनका नानक शब्द भी है रहाओ भी है उस तरह महला भी है तो फिर तुम उनकी रचना है भी गुरु गुरु का पुत्र उनकी रचना अपने अमृत में क्यों नहीं पाया पाओ फिर उनकी रचना अपने नितने में क्यों नहीं पाया पाओ मैं थोड़े सामने रख दिना बिल्कुल मिलता जो जुड़ा उनका तो कंसैप्ट भी मिलता बिल्कुल बाणी ना अज नी विचित्र नाटक दसम ग्रंथ आते उनका तो कंसैप्ट ही नहीं मिलता वो ग्रंथ थोड़े सामने ने पर एक ख्याल करो क्यों नहीं पाया क्योंकि गुरु अर्जन पातशाह जी ने बख्शिश करके पिता गुरु ते नाना गुरु दोहां दी सिक्ख्या नूं धारण कीता उन्होंने भी नहीं आख्या सी सतगुर की रीस से होर कच पिच बोल दे ते गुरु अमरदास साहब ने भी आख्या सी कहन लगे ये मुदावनी क्यों विचों कढ़ीए सदा रखिए और धार ये मुदावनी सतगुरु पाई गुरसिखा दा दीपाल है कभी वेखो उनका ही नतीजा निकलिया गुरु अर्जन पातशाह जी ने जो ये थाल साजिया श्री गुरु ग्रंथ साहब का उनके आखिरी शब्द जरा लिखा उनके उत्ते हैडिंग बना दिता मुंदा मनी इतने 2 शब्द ने सिर्फ मुदावनी के नाम पहला है मुंदा मनी उनके उत्ते हैडिंग है मुदावनी अगे है महला 5वां महला भी मुदावनी महला 5वां ते इस तो बाद 5 लाइना दे शब्द तो बाद फिर श्लोक महला वो जरा श्लोक महला 5वां है वो है शुकराना क्योंकि ग्रंथ की संपूर्णता हो गई है उनके विच केवल शुकराना है कि हे मेरे मालिक तेरा कीता जातो ने मैनू नहीं पता सी तू एडा महान है मैं की जानदा सा तेरे हुक्मां नू तू रहमत करके ए बाणी जैसी मैं आव खसम की बाणी तैसना करी ज्ञान में लालो दे मुताबिक
हो आपो बोल न जानदा मैं कहया सब हुकमाओ दे उस कंसेप्ट दे मुताबिक जो तू बख्शिश करदा रहा तू रहमत करके मेरे ते तरस कीता ते मेरे कोलो ए सेवा लै ले तेरा कीता जातो नहीं मैनू योग कीतो ही मैनू तू इस लायक समझ के मैनू तू इस लायक बनाया कि तेरे हुक्म नू जीउंदा त्यों मैं संसार तक पहुंचा सका तेरा कीता जातो नहीं मैनू योग कीतो ही मैं निर्गुण आरे को गुण नहीं मेरे को ए गुण नहीं सी मेरे को ए महानता नहीं सी कि मैं तेरी गात नू हे अगम अगोचर प्रभु मैं तेरी गात नू समझ सका ये तो तेरे तू मेरे ते तरस कीता है ते ये सब कुछ मेरी चोरी पा है मैं निर्गुण आरे को गुण नहीं आपे तरस पे होए तेनु मेरे ते तरस आया तरस पया मेरा मत होई तेनु तरस होया तो मेरे ते बेर होई ते मैनू गुरबाणी रूप गुरु मिलिया सतगुरु सज्जन मिलिया जिंदे राही मैनू पता लगा नाम की है हुण उस नाम नाल एना जुड़िया गुरु अर्जन के तत्तियां लोहां ते बैठा होया भी आखदा मेरे कोल नाम है मैनु कोई दुख नहीं मैनु कोई परेशानी नहीं तो एक ख्याल करियो ए मुंदावनी लाउन दी लोड क्यों पई करा इस मुंदावनी नु तोड़न दा हक किसे कोल नहीं इन्दे विच कोई चीज अपनी मर्जी नाल नहीं पाई गई जिहड़े लोग ए भी कहंदे ने गुरु गोबिंद सिंह साहब दा एक श्लोक विच है ओ श्लोक श्लोक महलनामे विच बार बार कहा जांदा है कई बार अनेक बार ओ एक तुसी देखोगे मेरे कोल कोई पुस्तक पई है उन्दे च एक पुरातन भीड़ विच ਉਹਨਾਂ ਨੇ ਲਿਖਣ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਕੱਟ ਨਹੀਂ ਸੁਣ ਸਕਦੇ ਉਹ ਜਿਹੜਾ ਲਫ਼ਜ਼ ਹੈ ਮਹੱਲਾ ਦਸਵਾਂ ਉਹ ਉੱਪਰ ਪਾ ਦਿੱਤਾ ਗਿਆ ਸਾਈਡ 'ਤੇ ਸਾਫ਼ ਨਜ਼ਰ ਆਉਂਦਾ ਹੈ ਕਿ ਬਾਅਦ ਵਿੱਚ ਹੱਥ ਨਾਲ ਲਿਖਿਆ ਹੋਇਆ ਮੇਰੇ ਕੋਲ ਪੁਸਤਕ ਪਈ ਹੈ ਜਿਹਦੇ 'ਚੋਂ ਕਾਪੀ ਕੀਤੀ ਗਿਆ ਮੈਂ ਹੈਰਾਨ ਇਸ ਗੱਲ 'ਤੇ ਵੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਨੇ ਉੱਥੇ ਪਦ ਨਹੀਂ ਬਦਲ ਸਕਦੇ ਖਿਆਲ ਨਹੀਂ ਕੀਤਾ ਜਾਂ ਕੀ ਕਾਰਨ ਕਿਉਂਕਿ ਪਦ ਤਾਂ ਕੰਟੀਨਿਊ ਚੱਲਦੇ ਆ ਇੱਕ ਦੋ ਤਿੰਨ ਚਾਰ ਦੇ ਮੁਤਾਬਕ ਤੇ ਜਿੱਥੇ ਜਿਹਨੂੰ ਜਿਸ ਸਲੋਕ ਨੂੰ ਇਹ ਮਹੱਲਾ ਦਸਵਾਂ ਦਾ ਆਖਦੇ ਨੇ ਜੇ ਮਹੱਲਾ ਦਸਵਾਂ ਦਾ ਸਲੋਕ ਹੁੰਦਾ ਉੱਥੇ ਇੱਕ ਹੁੰਦਾ ਪਦ ਕਿਉਂਕਿ ਇੱਕ ਸਲੋਕ ਹੈ ਪਰ ਨਹੀਂ ਕੰਟੀਨਿਊ ਸਲੋਕ ਉਹ ਸਲੋਕ ਉਹੀ ਚੱਲ ਰਹੇ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਨੇ ਉਹ ਹੀ ਬਿਲਕੁਲ ਪਦ ਚੱਲ ਰਹੇ ਨੇ ਤੋ ਇੱਕ ਖਿਆਲ ਕਰਿਓ ਦੁਸ਼ਮਣ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਇਸ ਕੋਸ਼ਿਸ਼ ਵਿੱਚ ਇੱਕ ਮਹਾਨ ਅਤੇ ਵੱਡਾ ਜਿਹੜਾ ਸਾਡੇ 'ਤੇ ਹਮਲਾ ਉਹ ਸੀ ਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਮ ਥੱਲੇ ਵਰਤੋਂ ਕੀਤੀ ਜਾਣੀ ਤਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੋਂ ਸਿੱਖ ਮੁਨਕਰ ਨਹੀਂ ਹੋ ਸਕੇਗਾ ਸਿਰ ਝੁਕਾ ਹੈਗਾ ਅੱਜ ਵੀ ਉਹ ਵੀਰ ਮੈਂ ਉਹਨਾਂ ਨੂੰ ਭੋਲਾ ਆਖਾਂ ਜਾਂ ਮੂਰਖ ਆਖਾਂ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਭਲਿਓ ਜੇ ਗੁਰੂ ਦਸਮ ਪਾਤਸ਼ਾਹ ਜੀ ਨੇ ਉਸ ਮੁਦਾਵਨੀ ਨੂੰ ਅਤੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪਾਈ ਉਹ ਵੀ ਬਾਹਰ ਨਹੀਂ ਪਾਈ ਕਿਉਂਕਿ ਮੁਦਾਵਨੀ ਵਿੱਚੋਂ ਨਹੀਂ ਕੱਢਣੀ ਮਰਿਆਦਾ ਗੁਰੂ ਦੇ ਹੱਥ ਹੈ ਗੁਰੂ ਨੇ ਹੀ ਮੁਦਾਵਨੀ ਜਿੱਥੇ ਲਾਈ ਸੀ ਉਹਦੇ ਅੰਦਰ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪਾਈ ਤਾਂ ਗੁਰੂ ਦਸਮ ਪਾਤਸ਼ਾਹ ਜੀ ਨੇ ਉਸ ਮੁਦਾਵਨੀ ਨੂੰ ਤੋੜਿਆ ਉਸ ਨਿਯਮ ਨੂੰ ਤੋੜਿਆ ਨਹੀਂ ਉਹਦੇ ਅੰਦਰ ਪਾਈ ਬਾਹਰ ਨਹੀਂ ਪਾਈ ਇਹ ਮੁਦਾਵਨੀ ਕਿਉਂ ਵਿੱਚੋਂ ਕੱਢੀ ਹੈ ਸਦਾ ਰੱਖੀਏ ਉਰਧਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਸੀ ਤੇ ਇਸੇ ਲਈ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਦਿਆਂ ਹੋਇਆਂ ਤੇ ਫੈਸਲਾ ਕਰਕੇ ਗੁਰੂ ਅਰਜਨ ਸਾਹਿਬ ਨੇ ਜਦੋਂ ਆਖਰੀ ਸ਼ਬਦ ਲਿਖਿਆ ਇਹਦੇ ਉੱਤੇ ਹੈ ਡਿੱਗੀ ਮੁਦਾਵਨੀ ਕਰ ਦਿੱਤਾ ਕਿਉਂਕਿ ਗੁਰੂ ਅਮਰਦਾਸ ਸਾਹਿਬ ਦਾ ਹੁਕਮ ਸੀ ਨਾਲੇ ਗੁਰੂ ਜੀ ਦੀ ਪ੍ਰੇਰਨਾ ਸੀ ਉਹ ਸਿੱਖਿਆ ਸੀ
ਕਦੀ ਦੋਹਾਂ ਸ਼ਬਦਾਂ ਨੂੰ ਆਹਮੋ ਸਾਹਮਣੇ ਵੇਖ ਰੱਖ ਕੇ ਵੇਖੋ, ਸਾਡਾ ਇਹ ਭੁਲੇਖਾ ਦੂਰ ਹੋ ਜਾਂਦਾ ਹੈ ਕਿ ਇੱਕ ਐਸਾ ਮੁੰਦ ਮੋਹਰ ਲਾ ਦਿੱਤੀ ਕਿ ਇਸ ਮੋਹਰ ਦੇ ਅੰਦਰ ਦੀ ਜਿਹੜੀ ਰਚਨਾ ਹੈ ਉਹੋ ਹੀ ਗੁਰੂ ਦੀ ਹੋ ਸਕਦੀ ਹੈ, ਉਹੋ ਹੀ ਗੁਰੂ ਦੀ ਹੋ ਸਕਦੀ ਹੈ। ਇਸ ਮੋਹਰ ਦੇ ਬਾਹਰ ਕੋਈ ਚੀਜ਼ ਜਿਹੜੀ ਹੈ ਗੁਰੂ ਦੀ ਨਹੀਂ ਹੋ ਸਕਦੀ। ਮੈਂ ਤਾਂ ਤੁਹਾਡੇ ਨਾਲ ਹਰ ਗੱਲ ਪਰਿਵਾਰ ਵਾਂਗੂ ਸਾਂਝੀ ਕਰੀ ਜਾਂਦਾ, ਹੁਣ ਤੁਸੀਂ ਹੈਰਾਨ ਹੋ ਗਏ ਰਾਗ ਮਾਲਾ ਹੈ, ਆਪਾਂ ਤਾਂ ਨਹੀਂ ਬਦਲ ਗਏ। ਇਹਨਾਂ ਦੀ ਲਿਖੀ ਹੋਈ ਆਪਣੀ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ 'ਚ ਪੜ੍ਹ ਕੇ ਦੇਖ ਲਓ, ਜਿਹੜੀ ਪਹਿਲੀ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਭੋਗ ਮੁਦਾਉਣੀ ਤੇ ਹੈ। ਫਿਰ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ, ਕੁਝ ਲੋਕ ਵਿੱਚ ਬੈਠੇ ਸਨ ਜਿਹੜੇ ਸਾਨੂੰ ਗੁੰਮਰਾਹ ਕਰ ਰਹੇ ਸਨ, ਝਗੜਾ ਹੋਇਆ। ਉਸ ਝਗੜੇ ਤੋਂ ਬਾਅਦ ਜਿਹੜਾ ਫਿਰ ਪੋਕੇ ਫੈਸਲਾ ਨਹੀਂ ਸੀ ਹੋ ਰਿਹਾ ਤੇ ਉੱਥੇ ਇੱਕ ਲਫ਼ਜ਼ ਲਿਖੇ ਗਏ, ਅੱਜ ਵੀ ਪੜ੍ਹ ਕੇ ਵੇਖ ਲਓ, ਪੜ੍ਹ ਕੇ ਵੇਖ ਲਓ, ਉੱਥੇ ਲਿਖਿਆ ਹੋਇਆ ਅਖੰਡ ਪਾਠ ਜਾਂ ਸਹਿਜ ਪਾਠ ਦਾ ਭੋਗ ਚਲਦੇ ਹੋਏ ਸਥਾਨਕ ਮਰਿਆਦਾ ਮੁਤਾਬਕ ਮੁਦਾਵਣੀ ਤੇ ਜਾਂ ਰਾਗ ਮਾਲਾ ਤੇ ਪਾਇਆ ਜਾ ਸਕਦਾ। ਦੇਖੋ ਇਹ ਕੈਸਾ ਮਨਘੜਤ ਫੈਸਲਾ, ਪੜ੍ਹ ਕੇ ਵੇਖ ਸਕਦੇ ਹੋ, ਸਿੱਖ ਰਹਿਤ ਮਰਿਆਦਾ ਵਿੱਚ ਪੜ੍ਹ ਕੇ ਵੇਖ ਸਕਦੇ। ਇਹਦਾ ਮਤਲਬ ਇੰਨਾ ਝਗੜਾ ਅੱਗੇ ਵੱਧ ਚੁੱਕਾ ਸੀ ਕਿ ਉਹਦੇ ਵਿੱਚੋਂ ਕੋਈ ਫੈਸਲਾ ਨਹੀਂ ਸੀ ਨਿਕਲ ਰਿਹਾ, ਅਖੀਰ ਨੂੰ ਇਹ ਗੱਲ ਲਿਖਣੀ ਪਈ। ਲਿਖਿਆ ਉੱਥੇ ਕਿਉਂਕਿ ਇਹ ਜਿਹੜਾ ਰਾਜਮਾਲਾ ਹੈ ਇਹ ਵਿਵਾਦ ਦਾ ਵਿਸ਼ਾ, ਇਸ ਲਈ ਇਹਨੂੰ ਅਜੇ ਕੱਢੋ ਨਾ, ਇਹ ਵਿਵਾਦੀ ਹੈ। ਪਰ ਅਖੰਡ ਪਾਠ ਜਾਂ ਸਹਿਜ ਪਾਠ ਦਾ ਭੋਗ ਚਲਦੀ ਹੋਈ ਸਥਾਨਕ ਮਰਿਆਦਾ ਦੇ ਮੁਤਾਬਕ ਉੱਥੇ ਲਫ਼ਜ਼ ਨੇ ਰਾਗਮਾਲਾ 'ਤੇ ਜਾਂ ਮੁਦਾਵਣੀ 'ਤੇ ਜਿੱਥੇ ਮਰਜ਼ੀ ਪਾ ਲਓ। ਇਹ ਸਾਡੇ ਨਾਲ ਹੋ ਰਿਹਾ ਅਨਿਆਏ, ਉਹ ਭਰਿਓ ਗੁਰੂ ਅਰਜਨ ਪਾਤਸ਼ਾਹ ਜੀ ਦਾ ਫੈਸਲਾ ਤੁਹਾਨੂੰ ਮਨਜ਼ੂਰ ਨਹੀਂ, ਜਿਨ੍ਹਾਂ ਨੇ ਮੁਦਾਵਣੀ ਲਾ ਕੇ ਗੁਰੂ ਅਮਰਦਾਸ ਸਾਹਿਬ ਦੇ ਹੁਕਮ 'ਤੇ ਮੁਦਾਵਣੀ ਲਾ ਕੇ ਫੈਸਲਾ ਦੇ ਦਿੱਤਾ। ਆਪਾਂ ਜਿਹੜਾ ਪੜ੍ਹ ਰਹੇ ਹਾਂ ਇਸ ਸ਼ਬਦ ਦਾ ਨਾਮ ਹੀ ਉੱਪਰ ਮੁਦਾਵਣੀ ਹੈ, ਭਾਵ ਮੁੰਦ ਦਿੱਤਾ ਹੈ, ਇੱਥੇ ਸਮਾਪਤੀ ਕਰ ਦਿੱਤੀ ਹੈ, ਇਹ ਐਂਡ ਹੈ, ਇਹ ਅਖੀਰ ਹੈ, ਇਹ ਸੰਪੂਰਨਤਾ ਹੈ। ਇਹਦਾ ਫੈਸਲਾ ਗੁਰੂ ਅਰਜਨ ਸਾਹਿਬ ਆਪ ਕਰ ਰਹੇ ਨੇ ਅਤੇ ਕਹਿੰਦੇ ਨੇ ਸਭ ਤੋਂ ਜ਼ਰੂਰੀ ਥਾਲ ਦਾ ਭੋਜਨ ਸੀ ਉਹ ਸੀ ਵਿਚਾਰ, ਕਿਉਂ ਵਿਚਾਰ ਵਿੱਚੋਂ ਹੀ ਸਤ ਸੰਤੋਖ ਨਿਕਲਦਾ। ਸਿੱਖ ਨੂੰ ਵਿਚਾਰ ਨਾਲੋਂ ਤੋੜ ਦਿੱਤਾ ਗਿਆ, ਸਿੱਖ ਵਿਚਾਰ ਨਾ ਕਰ, ਬਸ ਜੀ ਫਲਾਣਾ ਨੇ ਫੈਸਲਾ ਕਰ ਦਿੱਤਾ, ਸਾਨੂੰ ਹੁਣ ਵਿਚਾਰਨ ਦੀ ਲੋੜ ਨਹੀਂ। ਮੈਂ ਪਿਛਲੇ ਦਿਨ ਦੱਸ ਕੇ ਸੀ ਕਿਹੜੀ ਅਜੀਬ ਗੱਲ ਹੈ, ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਡੇ ਪਿਓ ਦਾਦੇ ਨੇ ਇਹ ਫੈਸਲਾ ਕੀਤਾ। ਉਹ ਭਰੇ ਹੋ ਪਿਓ ਦਾਦਾ ਉਦੋਂ ਕਾਲਜ ਨਹੀਂ ਸਨ, ਯੂਨੀਵਰਸਿਟੀਆਂ ਨਹੀਂ ਸਨ, ਉਹ ਸਿਰਫ ਸ਼ਰਧਾ ਦੇ ਅਧੀਨ ਸੀ, ਉਦੋਂ ਇੰਟਰਨੈਟ ਨਹੀਂ ਸਨ, ਸਾਧਨ ਨਹੀਂ ਸਨ ਵਿਚਾਰਨ ਦੇ। ਪਰ ਅੱਜ ਮੈਂ ਆਖਿਆ ਕਿ ਇਹਦੀ ਅਜੀਬ ਗੱਲ, ਕਦੇ ਤੂੰ ਇਹ ਵੀ ਸਵਾਲ ਕੀਤਾ ਕਿ ਮੇਰਾ ਪਿਤਾ ਤਾਂ ਅਨਪੜ੍ਹ ਸੀ, ਮੈਂ ਕਿਉਂ ਬੀ ਏ ਕਰਾਂ, ਮੈਂ ਕਿਉਂ ਪੀ ਐਚ ਡੀ ਕਰਾਂ, ਮੈਨੂੰ ਵੀ ਸਕੂਲ ਨਾ ਭੇਜਿਓ, ਕਿਉਂ ਤਾਂ ਮੇਰਾ ਦਾਦਾ ਵੀ ਸੀ ਗਿਆ। ਕਦੀ ਆਖਿਆ ਜੀ, ਜੇ ਦਾਦਾ ਨਹੀਂ ਗਿਆ ਤੇ ਉਦੋਂ ਸੋ ਸਾਧਨ ਨਹੀਂ ਸਨ, ਜੇ ਮੇਰੇ ਕੋਲ ਸਾਧਨ ਆ ਗਏ ਨੇ ਮੈਂ ਕਿਉਂ ਨਾ ਪੀ ਐਚ ਡੀ ਕਰਾਂ, ਅਸੀਂ ਕਹਿੰਦੇ ਆ ਨਾ। ਇਹ ਭਲੇ ਉਹ ਵਿਚਾਰ ਵੀ ਤਾਂ ਇਹੋ ਹੈ, ਹਰ ਸਮੇਂ ਸਿੱਖ ਨੂੰ ਗਿਆਨ ਵਾਸਤੇ ਵਿਚਾਰ ਦੀ ਲੋੜ ਹੈ, ਵਿਚਾਰ ਦਾ ਪੱਲਾ ਕਦੀ ਨਾ ਛੱਡਿਓ। ਸਿੱਖ ਨੂੰ ਵਿਚਾਰਹੀਨ ਕਰਨ ਵਾਸਤੇ ਇਹ ਗੁਣ ਕਿਹਾ ਜਾਂਦਾ ਹੈ। ਸਿੱਖ ਜਿਸ ਦਿਨ ਵਿਚਾਰ ਨਾਲੋਂ ਟੁੱਟ ਗਿਆ ਉਸ ਦਿਨ ਅੰਮ੍ਰਿਤ ਨਾਮ ਨਾਲੋਂ ਟੁੱਟ ਗਿਆ, ਕਿਉਂਕਿ ਫੈਸਲਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਸੰਤੋ ਵਿਚਾਰੋ
पातशाह जी दे गुरु अमरदास साहब नाना गुरु जी दे प्रेरणा ते पिता गुरु गुरु रामदास साहब दी सिख्या ते इस थाल नू संपूर्ण करके इत्ते ते मोर ला दित्ते मंदावनी ला दित्ती ते मंदावनी ला के साडी चोली पाया लो इन दे विच हुण कोई तब्दीली करन दा किसे नू अख्तियार नहीं। हाँ इस भोजन नू छको कदी नहीं मुकदा कदी नहीं मुकदा। विश्वास रह के असी श्री गुरु ग्रंथ साहब नाल जुड़िए। अक्तूबर में फिर श्री गुरु ग्रंथ साहब का गुरगद्दी दिहाड़ा आ रहा है। अज पहला प्रकाश उस दिन असी इस गल ते विचार करने है कि गुरगद्दी दिहाड़ा क्यों इस दिहाड़े ते उस दिहाड़े विच अंतर की है। जे किसी वीर नूं भैण नूं अज दे मेरे कहे हुए किसी लफज ते कोई शंका होवे हाजरां बकायदा उस गल नूं स्पष्ट करन लई तुहाडे सामने प्रूफ रख देंगा। जे घर भी चाहो नहीं इत्थे समा ते मैनूं दे जाओ अपना ईमेल नंबर मैं वो ईमेल करके तुहानू वो पुस्तकां वो रेफरेंस वो किताबां वो लिटरेचर वो प्रूफ सारे घर भेजन लई भी तैयार हाँ। मैं चाहना भी साढ़े कोल कम से कम शंका निवृत्त होके असीं बैठीए केवल ते केवल श्री गुरु ग्रंथ साहिब साडा गुरु है इहो ही साडा नितनेम है इहो ही साडा अमृत है इहो ही साडा जीवन है। इन्हां शब्दां नाल खिमा दा जा चुका फतेह बुलाओ वाहेगुरु जी का खालसा वाहेगुरु जी की फतेह। राम कलि महला तीजा।